ਰਕਸ਼ਾ ਤੱਕ ਰੇੜੀਆਂ ਫੜੀਆਂ ਤੱਕ ਦੁਕਾਨਦਾਰਾਂ ਤੱਕ ਸਭ ਨੂੰ ਤੁਸੀਂ ਅੰਦਰ ਵੜਤਾ ਤੇ ਉਹ ਲੋਕ ਜਿਹੜੇ ਨੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚੇ ਕਿਵੇਂ ਪਾਲਣਗੇ ਜਿਸ ਗਰੀਬ ਦੀ ਰੇੜੀ ਦੇ ਲੱਤ ਮਾਰ ਕੇ ਇੱਕ ਪੁਲਿਸ ਮੁਲਾਜ਼ਮ ਜਿਹੜਾ ਹੈ ਉਹਦਾ ਸਾਰੀ ਸਬਜ਼ੀ ਰੋੜ ਦਿੰਦਾ ਇਹ ਕੋਈ ਦਾਨਸ਼ਮੰਦੀ ਹੈ ਇਹ ਸਰਕਾਰਾਂ ਦੇ ਕੰਮ ਨੇ ਇਹ ਪ੍ਰਸ਼ਾਸਨ ਦੇ ਕੰਮ ਨੇ ਇਸ ਕਰਕੇ ਇਹ ਇੱਕ ਬਹੁਤ ਵੱਡਾ ਧੱਕਾ ਲੋਕਾਂ ਦੇ ਨਾਲ ਅਸੀਂ ਤਾਂ ਹੁਣ ਸਾਡੇ ਕਾਫਲੇ ਆ ਰਹੇ ਨੇ ਹਜ਼ਾਰਾਂ ਦੀ ਗਿਣਤੀ 'ਚ ਇਕੱਠੀਆਂ ਆ ਰਹੇ ਨੇ ਗੱਡੀਆਂ ਆ ਰਹੀਆਂ ਨੇ ਪੰਜ ਪੰਜ ਸੱਤ ਸੱਤ ਬੰਦੇ ਜਿਹਨੇ ਗੱਡੀ 'ਚ ਜਿੰਨੇ ਬੰਦੇ ਬੈਠ ਸਕਦੇ ਆ ਉਹਨੇ ਉਹਨੇ ਬੰਦੇ ਬੈਠ ਕੇ ਆ ਰਹੇ ਨੇ ਫਿਰ ਕਰੇ ਪਰਚੇ ਅਸੀਂ ਤਾਂ ਵਿਰੋਧ ਕਰ ਰਹੇ ਹਾਂ ਕਿ ਜਿਹੜੀ ਜੋਗਿੰਦਰ ਸਿੰਘ ਉਗਰਾਹਾਂ ਦੀ ਗੱਲ ਕੀਤੀ ਆ ਉਹ ਸਾਡਾ ਬੱਤੀਆਂ ਦਾ ਹਿੱਸਾ ਨਹੀਂ ਪਰ ਜਿਹੜਾ ਉਹਨੇ ਲੰਗਰਾਂ ਦੇ ਖਿਲਾਫ਼ ਕੀਰਤਨ ਵਾਲਿਆਂ ਦੇ ਕਥਾ ਵਾਲਿਆਂ ਦੇ ਜਾਂ ਉਹ ਮੈਡੀਕਲ ਕੈਂਪਾਂ ਦੇ ਖਿਲਾਫ਼ ਜੋ ਬੋਲਿਆ ਉਹ ਬਿਲਕੁਲ ਗਲਤ ਬੋਲਿਆ ਹਾਂ ਉਹਦੇ ਅਸੀਂ ਹੱਕ 'ਚ ਨਹੀਂ ਹੈਗੇ ਮੈਂ ਇੱਕੋ ਗੱਲ ਉੱਥੇ ਪੁੱਛਣਾ ਚਾਹੁੰਦਾ ਕਿ ਉਹ ਗੁਰੂ ਘਰ 'ਚੋਂ ਉਹਨੇ ਕਦੀ ਲੰਗਰ ਨਹੀਂ ਚੱਕਿਆ ਜੇਕਰ ਉਹ ਖੁਦ ਗੁਰੂ ਘਰ 'ਚੋਂ ਲੰਗਰ ਚੱਕਦਾ ਤਾਂ ਫਿਰ ਉਹ ਕਾਰਸੇ ਵਾਲੇ ਬਾਬਿਆਂ ਦੇ ਖਿਲਾਫ਼ ਮੈਡੀਕਲ ਕੈਂਪਾਂ ਦੇ ਖਿਲਾਫ਼ ਕੀਰਤਨਾਂ ਦੇ ਖਿਲਾਫ਼ਪੰਜਾਬ ਨਿਊਜ਼ ਦੇਖ ਰਹੇ ਸਾਰੇ ਹੀ ਦੇਸ਼ ਦੇ ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰ ਦਰਸ਼ਕੋ ਸਾਡੇ ਨਾਲ ਬਲਦੇਵ ਸਿੰਘ ਸਿਰਸਾ ਜੀ ਕਿਸਾਨ ਆਗੂ ਮੌਜੂਦ ਆ ਜਿੱਥੇ ਤੁਸੀਂ ਦੇਖਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਾਲ ਵੀ ਦਿੱਤੀ ਗਈ ਸੀ ਅਤੇ 10 ਤੋਂ 12 ਵੱਡੇ ਵੱਡੇ ਕਾਫਲੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਲੈ ਕੇ ਆਉਣਗੇ ਤਾਂ ਅੱਜ ਇਸੇ ਵਿਸ਼ੇ 'ਤੇ ਗੱਲਬਾਤ ਕਰ ਲਾਂਗੇ ਅਤੇ ਕਿਸਾਨੀ ਅੰਦੋਲਨ ਦੇ ਵਿੱਚ ਕੀ ਅਪਡੇਟ ਹੈਗੀ ਹੈ ਉਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਬਲਦੇਵ ਸਿੰਘ ਸਿਰਸਾ ਜੀ ਦਾ ਸਵਾਗਤ ਕਰ ਧੰਨਵਾਦ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇੱਕ ਵਾਰ ਤੁਸੀਂ ਪਹਿਲਾਂ ਵੀ ਪੰਜਾਬ ਦੇ ਵਿੱਚ ਬੜੀ ਵੱਡੀ ਆਪਾਂ ਕਹਿੰਦੇ ਰੋਸ ਪ੍ਰਦਰਸ਼ਨ ਕੀਤਾ ਸੀ ਲੋਕਡਾਊਨ ਦੇ ਖਿਲਾਫ਼ ਤਾਂ ਕਿੰਨਾ ਕੁ ਭਰਵਾਂ ਹੁੰਗਾਰਾ ਮਿਲਿਆ ਕਿ ਦੁਕਾਨਦਾਰਾਂ ਨੇ ਤੁਹਾਡਾ ਸਾਥ ਦਿੱਤਾ ਦੇਖੋ ਅਸੀਂ ਲੋਕਾਂ ਦੇ ਵਿੱਚ ਇੱਕ ਆਵਾਜ਼ ਚੁੱਕੀ ਵੀ ਇਹ ਜਿਹੜਾ ਲੋਕਡਾਊਨ ਹੈ ਇਹ ਕਿਸੇ ਮਸਲੇ ਦਾ ਹੱਲ ਨਹੀਂ ਇਹ ਕੋਈ ਬਿਮਾਰੀ ਦਾ ਇਲਾਜ ਨਹੀਂ ਲੋਕਡਾਊਨ ਦੇ ਨਾਲ ਤਾਂ ਤੁਸੀਂ ਲੋਕਾਂ ਨੂੰ ਅੰਦਰ ਵਾੜਤਾ ਅਤੇ ਉਹ ਲੋਕ ਜਿਹੜੇ ਨੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚੇ ਕਿਵੇਂ ਪਾਲਣਗੇ ਰਕਸ਼ਾ ਤੱਕ ਰੇੜੀਆਂ ਫੜੀਆਂ ਤੱਕ ਦੁਕਾਨਦਾਰਾਂ ਤੱਕ ਸਭ ਨੂੰ ਤੁਸੀਂ ਅੰਦਰ ਵੜਤਾ ਅਤੇ ਇਹ ਕੋਈ ਮਸਲੇ ਦਾ ਹੱਲ ਨਹੀਂ ਹੈਗਾ ਇਸ ਕਰਕੇ ਇਹ ਜਿਹੜਾ ਲੋਕਡਾਊਨ ਹੈ ਇਹ ਨਹੀਂ ਇਹ ਕਹੋ ਤਾਂ ਉਹਨੂੰ ਲੋਕਡਾਊਨ ਦੇ ਕਹਿੰਦੇ ਵੀ ਅਸੀਂ ਲੋਕਾਂ ਦੇ ਹੌਸਲੇ ਤੁਹਾਨੂੰ ਵੀ ਤੁਸੀਂ ਦੁਕਾਨਾਂ ਖੋਲ੍ਹੋ ਆਪੋ ਆਪਣੇ ਕਾਰੋਬਾਰ ਕਰੋ ਅਸੀਂ ਤੁਹਾਡੇ ਨਾਲ ਆ ਇਸ ਕਰਕੇ ਅਸੀਂ ਆਪਣੀ ਜ਼ਿੰਮੇਵਾਰੀ ਇੱਕ ਨਿਭਾਈ ਉਹਦੇ ਵਿੱਚ ਦੁਕਾਨਦਾਰ ਆਉਣ ਜਾਂ ਨਾ ਆਉਣ ਅਸੀਂ ਇੱਕ ਆਵਾਜ਼ ਦਿੱਤੀ ਲੋਕਾਂ ਨੂੰ ਵੀ ਇਹ ਸਰਕਾਰ ਦੀ ਜਿਹੜੀ ਪਾਲਿਸੀ ਹੈ ਗਲਤ ਹੈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਹਸਪਤਾਲਾਂ ਦੇ ਵਿੱਚ ਦਵਾਈਆਂ ਦਾ ਹਰ ਤਰ੍ਹਾਂ ਦਾ ਪ੍ਰਬੰਧ ਕਰੇ ਨਾ ਕਿ ਲੋਕਡਾਊਨ ਕਰਕੇ ਲੋਕਾਂ ਨੂੰ ਭੁੱਖਿਆ ਮਾਰੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੇ ਲੋਕਡਾਊਨ ਲਾਏਗਾ ਤੇ ਪੁਲਿਸ ਪ੍ਰਸ਼ਾਸਨ ਨੂੰ ਖੁੱਲੀਆਂ ਛੂਟਾਂ ਮਿਲ ਗਿਆ ਕਿਉਂਕਿ ਉਹ ਸ਼ਰੇਆਮ ਦਿਖਾ ਰਹੇ ਨੇ ਕਿ ਕਿਸੇ ਰੇੜੀ ਨੂੰ ਧੱਕੇ ਮਾਰ ਰਹੇ ਨੇ ਕਿਸੇ ਡੰਡਿਆਂ ਨੂੰ ਮਾਰ ਕੇ ਦਰਜੀ ਦੀਆਂ ਦੁਕਾਨਾਂ ਬੰਦ ਕਰ ਰਹੇ ਨੇ ਜਿਸ ਗਰੀਬ ਦੀ ਰੇੜੀ ਦੇ ਲੱਤ ਮਾਰ ਕੇ ਇੱਕ ਪੁਲਿਸ ਮੁਲਾਜ਼ਮ ਜਿਹੜਾ ਹੈ ਉਹਦਾ ਸਾਰੀ ਸਬਜ਼ੀ ਰੋੜ ਦਿੰਦਾ ਇਸੇ ਤਰ੍ਹਾਂ ਹੋਰ ਵੀ ਲੋਕਾਂ ਨੇ ਬਹੁਤ ਕੀਤਾ ਡੰਡਾ ਡੰਡੇ ਮਾਰ ਰਹੇ ਨੇ ਉਹ ਤਾਂ ਆਪਣੇ ਬੱਚਿਆਂ ਵਾਸਤੇ 10-9 ਦੀ ਕਿਰਤ ਵਿੱਚੋਂ ਉਹਨਾਂ ਨੇ ਖਰੀਦ ਕੇ ਲਿਆਂਦੀ ਆ ਔਰ ਉਹ ਉਹਨਾਂ ਨੇ ਵੇਚ ਕੇ ਅਤੇ ਉਹ 10 ਰੁਪਏ ਉਹਦੇ ਵਿੱਚੋਂ ਕਮਾ ਕੇ ਅਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਰੋਟੀ ਪਾਲਣੀ ਅਤੇ ਉਹ ਉਹਨਾਂ ਨੇ ਸਬਜ਼ੀਆਂ ਜਿਹੜੀਆਂ ਸੀ ਉੱਥੇ ਖਿਲਾਰ ਦਿੱਤੀਆਂ ਇਹ ਕੋਈ ਦਾਨਸ਼ਮੰਦੀ ਹੈ ਇਹ ਸਰਕਾਰਾਂ ਦੇ ਕੰਮ ਨੇ ਇਹ ਪ੍ਰਸ਼ਾਸਨ ਦੇ ਕੰਮ ਨੇ ਇਸ ਕਰਕੇ ਇਹ ਇੱਕ ਬਹੁਤ ਵੱਡਾ ਧੱਕਾ ਲੋਕਾਂ ਦੇ ਨਾਲ ਸਾਹਿਬ ਜੀ ਅੱਜ 10 ਤਰੀਕ ਹੋ ਚੁੱਕੀ ਹੈ ਅਤੇ ਅੱਜ ਦੀ ਵੱਡੀ ਕਾਲ ਦਿੱਤੀ ਗਈ ਆ ਕਿਸਾਨ ਜਥੇਬੰਦੀਆਂ ਤੋਂ ਕਿ ਕਾਫਲੇ ਜਿਹੜੇ ਉਹ ਕਿਸਾਨੀ ਅੰਦੋਲਨ 'ਚੋਂ ਮੁੜ ਤੋਂ ਲਿਆਂਦੇ ਜਾਣਗੇ ਤਾਂ ਕੀ ਲੱਗਦਾ ਕਿ ਹੁਣ ਕਾਫਲੇ ਜਿਹੜੇ ਉਹ ਕਿਸਾਨੀ ਅੰਦੋਲਨ 'ਚ ਪਹੁੰਚ ਰਹੇ ਨੇ ਅੱਜ ਤੁਸੀਂ ਪਿੱਛੋਂ ਜੋ ਸਾਨੂੰ ਰਿਪੋਰਟਾਂ ਹੋ ਰਹੀਆਂ ਨੇ ਬਹੁਤ ਵੱਡੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜਾ ਉਹ ਗੱਡੀਆਂ ਦੇ ਕਾਫਲੇ ਜਿਹੜੇ ਨੇ ਵੱਖ ਵੱਖ ਥਾਵਾਂ ਤੋਂ ਜਿਹੜੇ ਚੱਲ ਕੇ ਅਤੇ ਉਹ ਬਾਰਡਰਾਂ ਦੇ ਉੱਤੇ ਜਿਹੜਾ ਉਹ ਦਿੱਲੀ ਬਾਰਡਰਾਂ ਦੇ ਉੱਤੇ ਆ ਰਹੇ ਨੇ ਜੀ ਤੁਸੀਂ ਵੀ ਸਟੇਜ ਤੋਂ ਸੰਬੋਧਨ ਕੀਤਾ ਕਿ ਟਿਕਰੀ ਬਾਰਡਰ 'ਤੇ ਕਿਸੇ ਲੜਕੀ ਨਾਲ ਬਲਾਤਕਾਰ ਕਰਕੇ ਉਹਦੇ ਨਾਲ ਬੜਾ ਸਰੀਰਕ ਸ਼ੋਸ਼ਣ ਕੀਤਾ ਗਿਆ ਤਾਂ ਕੀ ਸੀ ਉਹ ਮਸਲਾ ਕਿ ਉਹ ਜਿਹੜੀ ਖਬਰ ਚੱਲ ਰਹੀ ਉਹ ਸੱਚ ਹੈ ਜਾਂ ਝੂਠ ਦੇਖੋ ਜਿਹੜੀ ਗੱਲ ਹੈ ਉਹ ਜਦੋਂ ਸੰਯੁਕਤ ਮੋਰਚੇ ਨੂੰ ਪਤਾ ਲੱਗਾ ਲੜਕੀ ਦਾ ਬਾਪ ਆਇਆ ਸਾਡੇ ਨਾਲ ਗੱਲਬਾਤ ਹੋਈ ਹੈ ਅਤੇ ਸਾਰੀ ਗੱਲ ਦਾ ਜਦੋਂ ਪਤਾ ਲੱਗਾ ਪਹਿਲਾਂ ਤਾਂ ਉਹਦਾ ਜਦੋਂ ਪਤਾ ਲੱਗਾ ਇਲਾਜ ਉਹਦਾ ਜਿਹੜਾ ਸੀ ਉੱਥੇ ਕਰਾਉਣ ਵਾਸਤੇ ਵੀ ਸਾਡੇ ਟਿਕਰੀ ਬਾਰਡਰ ਵਾਲੇ ਜਿਹੜੇ ਉੱਧਰ ਦੇ ਆਗੂ ਨੇ ਉਹਨਾਂ ਨੇ ਦੱਸਿਆ ਵੀ ਉਹਦਾ ਇਲਾਜ ਕਰਾਇਆ ਗਿਆ ਔਰ ਉਸ ਤੋਂ ਬਾਅਦ ਜਿਹੜਾ ਸੀ ਉਹਦੀ ਮੌਤ ਹੋਣ ਤੋਂ ਬਾਅਦ ਜਿਹਦੀ ਹੁਣ ਮਤਲਬ ਗੱਲ ਚੱਲ ਰਹੀ ਆ ਵੀ ਉਹਦੇ ਨਾਲ ਜਿਹੜਾ ਦੁਸ਼ਵਹਾਰ ਹੋਇਆ ਔਰ ਉਹਦੀ ਜਿਹੜੀ ਇਨਕੁਆਇਰੀ ਉਹ ਪੁਲਿਸ ਨੂੰ ਦਰਖਾਸਤ ਜਿਹੜੀ ਆ ਸੰਯੁਕਤ ਮੋਰਚੇ ਨੇ ਨਾਲ ਜਾ ਕੇ ਜਿਹੜਾ ਉਹ ਦਿੱਤੀ ਆ ਜਿਸ ਤਰ੍ਹਾਂ ਕਿ ਜੋਗਿੰਦਰ ਯਾਦਵ ਜੀ ਨੇ ਡਾਕਟਰ ਦਰਸ਼ਨਪਾਲ ਰਾਜੇਪਾਲ ਰਾਜੇਵਾਲ ਜੀ
ਅਤੇ ਜਗਜੀਤ ਸਿੰਘ ਡੱਲੇਵਾਲ ਸਾਰਿਆਂ ਨੇ ਇੱਕ ਮੀਟਿੰਗ ਕਰਕੇ ਅਤੇ ਉਸ ਬਜ਼ੁਰਗ ਦਾ ਜਿਹੜਾ ਲੜਕੀ ਦਾ ਬਾਪ ਜਿਹੜਾ ਉਹਦਾ ਸਾਥ ਦਿੱਤਾ ਠਾਣਿਆਂ ਦਰਖਾਸਤ ਦਈ ਆ ਔਰ ਉਹਨੂੰ ਇਹ ਗੱਲ ਕਹੀ ਗਈ ਹੈ ਕਿ ਹਰ ਤਰ੍ਹਾਂ ਦੀ ਜਿਹੜੀ ਸਹਾਇਤਾ ਜਿਹੜੀ ਉਹ ਤੈਨੂੰ ਦਿੱਤੀ ਜਾਊਗੀ ਇਸ ਕੇਸ ਦੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਇਹ ਤੇਰੀ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਆ ਉਹ ਕੀਤੀ ਛੇ ਚਾਰ ਕਿਸਾਨ ਆਗੂ ਅਤੇ ਦੋ ਕਿਸਾਨਾਂ 'ਤੇ ਕੇਸ ਫਾਇਰ ਹੋਏ ਆ ਤਾਂ ਕੀ ਲੱਗਦਾ ਕਿ ਅੱਗੇ ਉਹ ਵੀ ਕਾਰਵਾਈ ਚੱਲੂਗੀ ਦੇਖੋ ਇਹ ਪੁਲਿਸ ਦਾ ਕੰਮ ਹੈ ਪੁਲਿਸ ਕੋਲ ਦਰਖਾਸਤ ਚਲੀ ਗਈ ਆ ਉਹ ਪੁਲਿਸ ਨੇ ਵੇਖਣਾ ਉਹਦੀ ਇਨਵੈਸਟੀਗੇਸ਼ਨ ਕਰਨੀ ਆ ਕੌਣ ਦੋਸ਼ੀ ਆ ਕੌਣ ਨਹੀਂ ਉਹ ਕਿਸਾਨ ਨੇ ਕਿ ਜਾਂ ਕੌਣ ਹੈ ਕੌਣ ਨਹੀਂ ਇਹ ਸਾਰਾ ਪਤਾ ਇਹ ਇਨਵੈਸਟੀਗੇਸ਼ਨ 'ਚ ਹੀ ਪਤਾ ਲੱਗੇਗਾ ਕਹਿਣ ਤੋਂ ਭਾਵ ਕਿ ਜਿਸ ਹਿਸਾਬ ਨਾਲ ਕੇਸ ਦਰਜ ਕੀਤੇ ਕਿ ਲੱਗਦਾ ਹੈ ਕਿ ਕਿਸਾਨਾਂ ਦਾ ਦੋਸ਼ ਆ ਜਾਂ ਵੈਸੇ ਕਿਸਾਨੀ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਦੇਖੋ ਇਹਦੇ ਪਿੱਛੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਕਿਸਾਨੀ ਅੰਦੋਲਨ ਨੂੰ ਖਰਾਬ ਕਰਨ ਵਾਸਤੇ ਬਦਨਾਮ ਕਰਨ ਵਾਸਤੇ ਵੀ ਸਰਕਾਰ ਨੇ ਕਈ ਬੜਾ ਕੁਝ ਕੀਤਾ ਹੈ ਪਰ ਇਹ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਨਾ ਵੀ ਅਸਲੀਅਤ ਕੀ ਹੈ ਇਹ ਜਿਹੜੀਆਂ ਚੀਜ਼ਾਂ ਨੇ ਅੱਗੇ ਵੀ ਇਸ ਤਰ੍ਹਾਂ ਦੀਆਂ ਬਹੁਤ ਕੁਛ ਹੋਈਆਂ ਨੇ ਅਤੇ ਹੁਣ ਕੀ ਪਤਾ ਵੀ ਇਹ ਕਿਸ ਤਰ੍ਹਾਂ ਦੀ ਕਹਾਣੀ ਆ ਵੀ ਇਹਦੇ ਪਿੱਛੇ ਕੀ ਆ ਪਰ ਜਿੰਨਾ ਚਿਰ ਇਨਵੈਸਟੀਗੇਸ਼ਨ ਨਹੀਂ ਹੁੰਦੀ ਉਹਨਾਂ ਚਿਰ ਸੱਚਾਈ ਜਿਹੜੀ ਨਹੀਂ ਬਾਹਰ ਆਉਂਦੀ ਇਹ ਤਾਂ ਹੁਣ ਇਨਵੈਸਟੀਗੇਸ਼ਨ ਟੀਮ ਨੇ ਜਿਹੜਾ ਉਹ ਸਾਬਤ ਕਰਨਾ ਵੀ ਇਹ ਕੌਣ ਸੀ ਕਿਉਂ ਹੋਇਆ ਕਿਸ ਤਰ੍ਹਾਂ ਕੀਤਾ ਗਿਆ ਇਹ ਹੋਇਆ ਸਾਹਿਬ ਜੀ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਵੀ ਲੋਕਡਾਊਨ ਜਿਹੜਾ ਲਗਾ ਦਿੱਤਾ ਗਿਆ ਤਾਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕੈਪਟਨ ਸਰਕਾਰ ਵੱਲੋਂ ਵੀ ਕਿ ਜਿਹੜੀ ਆ ਪਾਲਣਾ ਨਹੀਂ ਕਰਨਗੀਆਂ ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ ਤਾਂ ਸਖ਼ਤ ਵਿਰੋਧ ਕੀਤਾ ਜਾਊਗਾ ਫਿਰ ਕਰੇ ਪਰਚੇ ਅਸੀਂ ਤਾਂ ਵਿਰੋਧ ਕਰ ਰਹੇ ਹਾਂ ਅਸੀਂ ਤਾਂ ਹੁਣ ਸਾਡੇ ਕਾਫਲੇ ਆ ਰਹੇ ਨੇ ਹਜ਼ਾਰਾਂ ਦੀ ਗਿਣਤੀ 'ਚ ਇਕੱਠੀਆਂ ਆ ਰਹੇ ਨੇ ਗੱਡੀਆਂ ਆ ਰਹੀਆਂ ਨੇ ਪੰਜ ਪੰਜ ਸੱਤ ਸੱਤ ਬੰਦੇ ਜਿਹਨੇ ਗੱਡੀ 'ਚ ਜਿੰਨੇ ਬੰਦੇ ਬੈਠ ਸਕਦੇ ਆ ਉਹਨੇ ਉਹਨੇ ਬੰਦੇ ਬੈਠ ਕੇ ਆ ਰਹੇ ਨੇ ਅਸੀਂ ਫਿਰ ਕਰੇ ਕਾਰਵਾਈ ਇਹ ਲੋਕਡਾਊਨ ਜਾਂ ਪਾਸ ਬਣਾ ਕੇ ਜਾਣਾ ਕਿਤੇ ਉੱਧਰ ਜਾਣਾ ਅਸੀਂ ਕਦੇ ਜਾਣਾ ਦੂਸਰੇ ਦੇਸ਼ 'ਚ ਜਾਣਾ ਵੀ ਇੱਥੇ ਪਾਸਪੋਰਟ ਚਾਹੀਦੇ ਨੇ ਕਿਸ ਗੱਲ ਦੇ ਪਾਸ ਅਸੀਂ ਪੰਜਾਬ 'ਚੋਂ ਸਾਡੀਆਂ ਗੱਡੀਆਂ ਅੱਜ ਆ ਰਹੀਆਂ ਨੇ ਵੱਡੀ ਗਿਣਤੀ 'ਚ ਆ ਰਹੀਆਂ ਚੈਲੇਂਜ ਆ ਉਹਨੂੰ ਰੋਕਣ ਕਰਨ ਕੇਸ ਲੈ ਜਾਣ ਠਾਣੇ ਕਰਨ ਜੇਲ੍ਹਾਂ 'ਚ ਬੰਦ ਹਾਂ ਕੋਈ ਸਾਡੇ ਵਾਸਤੇ ਲੋਕਡਾਊਨ ਜਿਹੜਾ ਇਸ ਤਰ੍ਹਾਂ ਦੇ ਅਸੀਂ ਉਹਦਾ ਕੋਈ ਪਰਵਾਹ ਨਹੀਂ ਕਰਨ ਵਾਲੇ ਸਾਡੇ ਕਿਸਾਨ ਇਹ ਕਹਿ ਰਹੇ ਨੇ ਵੀ ਜੇ ਅਸੀਂ ਭੁੱਖਿਆ ਨਾ ਜੇ ਮਰਨਾ ਸਾਡੀਆਂ ਪੀੜ੍ਹੀਆਂ ਆਉਣ ਵਾਲੇ ਸਮੇਂ 'ਚ ਮਰਨੀਆਂ ਨੇ ਅਤੇ ਅੱਜ ਸਾਨੂੰ ਜਿਹੜਾ ਲੋਕਡਾਊਨ ਨਾਲ ਜਿਹੜਾ ਮਰਨਾ ਚੰਗਾ ਪਰ ਅਸੀਂ ਉਹਨਾਂ ਨੂੰ ਫਿਰ ਵੀ ਹਦਾਇਤਾਂ ਕਰ ਰਹੇ ਹਾਂ ਕਿ ਤੁਸੀਂ ਇਹਦਾ ਥੋੜ੍ਹਾ ਪਰਹੇਜ਼ ਰੱਖੋ ਗਰਮ ਪਾਣੀ ਪੀਓ ਚਾਹ ਕਾੜੇ ਪੀਓ ਮਤਲਬ ਕਿ ਇਹ ਤੋਂ ਜਿਹੜਾ ਉਹ ਥੋੜ੍ਹਾ ਜਿਹਾ ਸਾਨੂੰ ਪਰਹੇਜ਼ ਰੱਖਣ ਦੀ ਲੋੜ ਹੈ ਪਰ ਸਾਡੇ ਜਿਹੜੇ ਕਿਸਾਨ ਆ ਉਹ ਕਹਿੰਦੇ ਬਿਲਕੁਲ ਨਹੀਂ ਸਾਨੂੰ ਮਰਨਾ ਮਨਜ਼ੂਰ ਹੈ ਪਰ ਅਸੀਂ ਇਹ ਜਿਹੜਾ ਮੋਰਚਾ ਖਾਲੀ ਕਰਾਂਗੇ ਮੋਰਚੇ 'ਤੇ ਵੱਧ ਗਿਣਤੀ 'ਚ ਆਵਾਂਗੇ ਅਤੇ ਵੱਧ ਤੋਂ ਵੱਧ ਲੋਕ ਜਿਹੜਾ ਆਵਾਂਗੇ ਸਾਡੇ ਨਾਲ ਜੋ ਸਰਕਾਰ ਨੇ ਕਰਨਾ ਉਹ ਕਰੇ ਬੇਸ਼ੱਕ ਤੁਸੀਂ ਮਾਰਚ ਪੂਰਾ ਕਾਫਲਾ ਲੈ ਕੇ ਇੱਥੇ ਆ ਰਹੇ ਹੋ ਤਾਂ ਜੋ ਕਰੋਨਾ ਨੂੰ ਦੇਖਦੇ ਹਦਾਇਤਾਂ ਦਿੱਤੀਆਂ ਗਈਆਂ ਉਹਨਾਂ ਦੀ ਵੀ ਪਾਲਣਾ ਕੀਤੀ ਜਾ ਰਹੀ ਕਾਹਦਾ ਕਾਨੂੰਨ ਕਿਹੜਾ ਕਾਨੂੰਨ ਕਿਹੜੇ ਕਾਨੂੰਨ ਦੀ ਗੱਲ ਕਰਦੇ ਹੋ ਕਰੋਨਾ ਦੀ ਮੈਂ ਕਰੋਨਾ ਦੀ ਗੱਲ ਕੀਤੀ ਕਿ ਕਰੋਨਾ ਨੂੰ ਚੱਲਦੇ ਇੱਥੇ ਪਾਲਣਾ ਕੀਤੀ ਗਈ ਸੋਸ਼ਲ ਡਿਸਟੈਂਸ ਦੀ ਜਾਂ ਮਾਸਕ ਵਗੈਰਾ ਵੀ ਲਾ ਰਹੇ ਨੇ ਦੇਖੋ ਸਾਰਿਆਂ ਨੂੰ ਮਰਜ਼ੀ ਆਹ ਖੋਲੀ ਛੁੱਟੀ ਹੈ ਕੋਈ ਉਹਦਾ ਟੈਸਟ ਕਰਾਵੇ ਕੋਈ ਟੀਕਾ ਲਵਾਵੇ ਕੋਈ ਦਵਾਈ ਲਾਵੇ ਕੋਈ ਕਿਸੇ ਦੇ ਉੱਤੇ ਬੰਦਸ ਨਹੀਂ ਕੋਈ ਹੈਗੀ ਆਪਣੇ ਹਿਸਾਬ ਨਾਲ ਜਿਹੜਾ ਉਹ ਚੱਲ ਰਹੇ ਨੇ ਪਰ ਇਹਨਾਂ ਜ਼ਰੂਰ ਅਸੀਂ ਕਹਿ ਰਹੇ ਹਾਂ ਕਿ ਇਹ ਛੂਤ ਦੀ ਬਿਮਾਰੀ ਨਹੀਂ ਗੀ ਇਹ ਆਮ ਬਿਮਾਰੀ ਹੈ ਅਤੇ ਇਸ ਆਮ ਬਿਮਾਰੀ ਤੋਂ ਜਿਸ ਤਰ੍ਹਾਂ ਪਹਿਲਾਂ ਨਮੂਨੀਆ ਵਗੈਰਾ ਹੋ ਜਾਂਦਾ ਜਾਂ ਕੁਛ ਸੀ ਇਸ ਤਰ੍ਹਾਂ ਹੋ ਜਾਂਦਾ ਅਤੇ ਇਹ ਤੋਂ ਥੋੜ੍ਹਾ ਜਿਹਾ ਜਿੰਨਾ ਵੀ ਰੱਖਿਆ ਜਾਵੇ ਭੇਜ ਰੱਖਿਆ ਜਾਵੇ ਬਾਕੀ ਸਾਡੇ ਵੱਲੋਂ ਕੋਈ ਬੰਦਸ ਨਹੀਂ ਕਿਸੇ 'ਤੇ ਹੈਗੀ ਦਿੱਲੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਲਗਾਤਾਰ ਉੱਥੇ ਆਕਸੀਜਨ ਦੀ ਕਮੀ ਆ ਰਹੀ ਹੈ ਕਰੋਨਾ ਦੇ ਕੇਸ ਬਹੁਤ ਵੱਧ ਰਹੇ ਲੱਗਦਾ ਨਹੀਂ ਕਿ ਕਿਸਾਨੀ ਅੰਦੋਲਨ ਦਾ ਦੇਖੋ ਇਹ ਤਾਂ ਸਰਕਾਰਾਂ ਦੇ ਕੰਮ ਨੇ ਕਰੋਨਾ ਕਰਾਉਣਾ ਦਾ ਜਿਹੜਾ ਕੋਈ ਇਲਾਜ ਕਰਨਾ ਜਾਂ ਆਕਸੀਜਨ ਦੀ ਕਮੀ ਪੂਰਤੀ ਜਿਹੜੀ ਆ ਉਹ ਕਰਨੀ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਅਸੀਂ ਤਾਂ ਫਿਰ ਵੀ ਸਾਡੇ ਕਿਸਾਨ ਅੰਦੋਲਨ ਵੱਲੋਂ ਆਕਸੀਜਨ ਵੀ ਹਸਪਤਾਲਾਂ ਨੂੰ ਦਿੱਤੀ ਜਾ ਰਹੀ ਆ ਬਹੁਤ ਕੁਝ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਕਰੋਨਾ ਦੇ ਜਿਹੜੇ ਇਹਨਾਂ ਲੋਕਡਾਊਨ ਕਰਕੇ ਗਰੀਬਾਂ ਨੂੰ ਬੰਦ ਕੀਤਾ ਉਹਨਾਂ ਨੂੰ ਲੰਗਰ ਦਿੱਤੇ ਜਾ ਰਹੇ ਨੇ ਸਾਡੇ ਤਾਂ ਫਿਰ ਵੀ ਕਰ ਰਹੇ ਨੇ ਗੁਰਦੁਆਰਿਆਂ 'ਚੋਂ ਵੀ ਜਾ ਰਿਹਾ ਅਤੇ ਸੰਯੁਕਤ ਮੋਰਚੇ ਵੱਲੋਂ ਵੀ ਜਿਹੜੀ ਆ ਉਹਨਾਂ ਦੀ ਸਹਾਇਤਾ ਕੀਤੀ ਜਾ ਰਹੀ ਜਿਸ ਹਿਸਾਬ ਨਾਲ ਅਸੀਂ ਦੇਖ ਰਹੇ ਹਾਂ ਕਿ ਮੋਰਚੇ ਦੇ ਵਿੱਚ ਅੱਗੇ ਕੋਈ ਪ੍ਰੋਗਰਾਮ ਨਹੀਂ ਦਿੱਤਾ ਜਿਵੇਂ ਤੁਸੀਂ ਪਹਿਲਾਂ ਛੋਟੇ ਛੋਟੇ ਪ੍ਰੋਗਰਾਮ ਇੱਥੇ ਦਿੰਦੇ ਹੁੰਦੇ ਸੀ ਪਰ ਹੁਣ ਦਿੱਤੇ ਨਹੀਂ ਜਾ ਰਹੇ ਹੈਗੇ ਤੁਹਾਨੂੰ ਲੱਗਦਾ ਨਹੀਂ ਕਿ ਇਸ ਨਾਲ ਇਕੱਠ ਜਿਹੜਾ ਘਟੂਗਾ ਫਿਰ ਨਹੀਂ ਇਕੱਠ ਤਾਂ ਵੇਖੋ ਬਹੁਤ ਜ਼ਿਆਦਾ ਹੁੰਦਾ ਜਦੋਂ ਇਕੱਠ ਤਾਂ ਤੁਸੀਂ ਵੇਖ ਰਹੇ ਹੋ ਕਿ ਸਾਡੇ ਪਹਿਲਾਂ ਨਾਲੋਂ ਇਕੱਠ ਤਾਂ ਵੱਧ ਨੇ ਅੱਜ ਵੀ ਕਿੱਡੇ ਵੱਡੇ ਕਾਫਲੇ ਆ ਰਹੇ ਨੇ ਇਕੱਠ ਕਿਵੇਂ ਘੱਟ ਹੈ ਪਹਿਲਾਂ ਵੀ ਬਹੁਤ ਪ੍ਰੋਗਰਾਮ ਦਿੱਤੇ ਜਾਣਗੇ ਜਿਸ ਤਰ੍ਹਾਂ ਛੋਟੇ ਛੋਟੇ ਪ੍ਰੋਗਰਾਮ ਉਹ ਮੀਟਿੰਗਾਂ ਦੇ ਵਿੱਚ ਫੈਸਲਾ ਹੁੰਦਾ ਇਸ ਤਰ੍ਹਾਂ ਮੈਂ ਸਰਸਾ ਇਕੱਲਾ ਨਹੀਂ ਉਹਦੇ ਕੋਈ ਜਵਾਬ ਦੇ ਸਕਦਾ ਉਹ ਮੀਟਿੰਗਾਂ 'ਚ ਫੈਸਲਾ ਹੁੰਦਾ ਜਿਸ ਹਿਸਾਬ ਨਾਲ ਅਸੀਂ ਦੇਖ ਰਹੇ ਹਾਂ ਕਿ ਲੀਡਰਾਂ ਦੇ ਆਪਸੀ ਵੀ ਕਈ ਗੱਲਾਂ ਬਾਤਾਂ ਹੁੰਦੀਆਂ ਨੇ ਜਿਸ ਤਰ੍ਹਾਂ ਉਗਰਾਹਾਂ ਜੀ ਵੀ ਕਈ ਗੱਲਬਾਤ ਕਰ ਦਿੰਦੇ ਨੇ ਅਤੇ ਹੁਣ ਜਿਹੜੇ ਆਪਸੀ ਤਾਲਮੇਲ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ 32 ਜਥੇਬੰਦੀਆਂ ਵਿੱਚੋਂ ਜਿਹੜੇ ਸੁਰਜੀਤ ਸਿੰਘ ਫੂਲ ਆ ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਕੀ ਲੱਗਦਾ ਕਿ ਆਪਸੀ ਤਾਲਮੇਲ ਨਹੀਂ ਬੈਠਿਆ ਬਿਲਕੁਲ ਠੀਕ ਹੈ ਸਾਡਾ ਕੋਈ ਕਿਸੇ ਕਿਸਮ ਦਾ ਇਸ ਤਰ੍ਹਾਂ ਦਾ ਕੋਈ ਡਿਸਪਿਊਟ ਨਹੀਂ ਹੈਗਾ
ਵੈਸੇ ਕੋਈ ਮਾੜੀ ਮੋਟੀ ਜਿਹੜੀ ਕੋਈ ਗੱਲ ਹੋ ਜਾਂਦੀ ਆ, ਅਸੀਂ ਸਾਰਾ ਡਿਸਿਪਲਿਨ 'ਚ ਰੱਖਣ ਵਾਸਤੇ ਸਾਰਾ ਕੰਮ ਜਿਹੜਾ ਸਾਰਾ ਠੀਕ ਹੋ ਰਿਹਾ। ਬਾਕੀ ਜਿਹੜੀ ਜੋਗਿੰਦਰ ਸਿੰਘ ਅਗਰਾਹਾਂ ਦੀ ਗੱਲ ਕੀਤੀ ਆ, ਉਹ ਸਾਡਾ ਬੱਤੀਆਂ ਦਾ ਹਿੱਸਾ ਨਹੀਂ, ਉਹ ਇੱਕ ਆਪਣੇ ਤੌਰ 'ਤੇ ਚੱਲ ਰਿਹਾ। ਪਰ ਜਿਹੜਾ ਉਹਨੇ ਲੰਗਰਾਂ ਦੇ ਖਿਲਾਫ਼ ਜਾਂ ਕੀਰਤਨ ਵਾਲਿਆਂ ਦੇ, ਕਥਾ ਵਾਲਿਆਂ ਦੇ, ਜਾਂ ਉਹ ਮੈਡੀਕਲ ਕੈਂਪਾਂ ਦੇ ਖਿਲਾਫ਼ ਜੋ ਬੋਲਿਆ, ਉਹ ਬਿਲਕੁਲ ਗਲਤ ਬੋਲਿਆ। ਹਾਂ, ਉਹਦੇ ਅਸੀਂ ਹੱਕ 'ਚ ਨਹੀਂ ਹੈਗੇ ਵੀ ਇਸ ਤਰ੍ਹਾਂ ਜੋ ਮਰਜ਼ੀ ਜੋ ਬੋਲੀ ਜਾਓ। ਕੀ ਮੈਂ ਉਹਨੂੰ ਜੋਗਿੰਦਰ ਅਗਰਾਹਾਂ ਨੂੰ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ ਵੀ ਨੌਜਵਾਨਾਂ ਨੂੰ, ਉਹ ਸੁਰਜੀਤ ਸਿੰਘ ਫੂਲ ਦੀ ਜਾਂ ਉਹਦੀ ਆਪਸੀ ਗੱਲ ਹੈ ਜਿਹੜੀ, ਉਹਦਾ ਜਵਾਬ ਤਾਂ ਸੁਰਜੀਤ ਫੂਲ ਦੇ ਸਕਦਾ ਹੈ ਜਾਂ ਅਗਰਾਹਾਂ ਉੱਥੋਂ ਲੈ ਸਕਦਾ ਹੈ। ਪਰ ਜੋ ਉਹਨੇ ਲੰਗਰਾਂ ਦੇ ਖਿਲਾਫ਼ ਬੋਲਿਆ, ਅਸੀਂ ਉਹਦਾ ਵਿਰੋਧ ਕੀਤਾ। ਅਸੀਂ ਸੰਯੁਕਤ ਮੋਰਚੇ ਦੀ ਮੀਟਿੰਗ 'ਚ ਵੀ ਇਹ ਗੱਲ ਰੱਖੀ ਸੀ ਵੀ ਇਹ ਬਿਲਕੁਲ ਗਲਤ ਹੈ, ਇਹਨੂੰ ਨਹੀਂ ਬੋਲਣਾ ਚਾਹੀਦਾ। ਸੋ ਇਸ ਕਰਕੇ ਜੋਗਿੰਦਰ ਅਗਰਾਹਾਂ ਜਿਹੜਾ, ਮੈਂ ਇੱਕੋ ਗੱਲ ਉੱਥੇ ਪੁੱਛਣਾ ਚਾਹੁੰਦਾ ਕਿ ਉਹ ਗੁਰੂ ਘਰ 'ਚੋਂ ਉਹਨੇ ਕਦੀ ਲੰਗਰ ਨਹੀਂ ਚੱਕਿਆ? ਜੇਕਰ ਉਹ ਖੁਦ ਗੁਰੂ ਘਰ 'ਚੋਂ ਲੰਗਰ ਛਕਦਾ ਤਾਂ ਫਿਰ ਉਹ ਕਾਰਸੇ ਵਾਲੇ ਬਾਬਿਆਂ ਦੇ ਖਿਲਾਫ਼, ਮੈਡੀਕਲ ਕੈਂਪਾਂ ਦੇ ਖਿਲਾਫ਼, ਕੀਰਤਨਾਂ ਦੇ ਖਿਲਾਫ਼। ਹਾਂ, ਜਿਹੜਾ ਉਹਦੇ ਖਿਲਾਫ਼ ਕੋਈ ਕਰਦਾ ਹੈ, ਕੋਈ ਬੋਲਿਆ ਹੈ, ਕੋਈ ਚੁੱਕਿਆ ਤਾਂ ਉਹਦੇ ਖਿਲਾਫ਼ ਖਰੇ ਕਾਰਵਾਈ ਬੋਲੇ ਉਹਦੇ ਖਿਲਾਫ਼, ਪਰ ਸਾਰਿਆਂ ਦੇ ਨਹੀਂ, ਇਹ ਬਰਦਾਸ਼ਤ ਨਹੀਂ ਕਰਾਂਗੇ। ਅਗਲੀ ਮੀਟਿੰਗ ਦੇ ਵਿੱਚ ਕੋਈ ਰਣਨੀਤੀ ਉਲੀਕੀ ਜਾਏਗੀ ਮੋਰਚੇ ਨੂੰ ਲੈ ਕੇ? ਦੇਖੋ, ਇਹ ਸਾਰਾ ਕੁਝ ਹੋ ਹੀ ਰਿਹਾ, ਰਣਨੀਤੀ ਚੱਲ ਰਹੀ, ਅੱਜ ਜਿਹੜੀ ਸੰਗਤ ਆ ਰਹੀ ਆ ਰਣਨੀਤੀ ਨਹੀਂ ਆ ਰਹੀ। ਬਹੁਤ ਬਹੁਤ ਧੰਨਵਾਦ। ਸੋ ਦਰਸ਼ਕੋ, ਇਹ ਸਨ ਬਲਦੇਵ ਸਿੰਘ ਸਿਰਸਾ ਜੀ। ਤੁਸੀਂ ਦੇਖਿਆ ਕਿ ਸਮੇਂ ਸਮੇਂ 'ਤੇ ਪ੍ਰੋਗਰਾਮ ਦਿੱਤੇ ਜਾ ਰਹੇ ਸੀ, ਪਰ ਵੱਡੇ ਕਾਫਲੇ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਲੈ ਕੇ ਜਿਹੜੇ ਉਹ ਪਹੁੰਚ ਰਹੇ ਨੇ, ਜੋ ਕੌਲਾਂ ਦਿੱਤੀਆਂ ਜਾ ਰਹੀਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ, ਤਾਂ ਉਹ ਤੁਸੀਂ ਹੁਣ ਦੇਖ ਸਕਦੇ ਹੋ ਕਿ ਵੱਡੇ ਕਾਫਲੇ ਇਸ ਕਿਸਾਨੀ ਅੰਦੋਲਨ 'ਚ ਦੁਬਾਰਾ ਪਹੁੰਚ ਰਹੇ ਨੇ। ਉਸੇ ਤਰ੍ਹਾਂ ਇਕੱਠ ਦੁਬਾਰੇ ਦੇਖਣ ਨੂੰ ਮਿਲੂਗਾ ਜਦੋਂ ਕੋਈ 26 ਤੇ 27 ਨਵੰਬਰ ਨੂੰ ਦੇਖਣ ਨੂੰ ਮਿਲਿਆ ਸੀ। ਬਣੇ ਰਹੋ ਪੰਜਾਬ ਨਿਊਜ਼ ਨਾਲ, ਲਗਾਤਾਰ ਤੁਹਾਨੂੰ ਇੱਦਾਂ ਹੀ ਕਿਸਾਨੀ ਅੰਦੋਲਨ ਦੀ ਅਪਡੇਟ ਦਿੰਦੇ ਰਹਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।